ਅਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ, ਦਸਵੀਂ ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਨਕ ਲਈ ਧਿਆਏ ਕਰੰਗਤ ਗੁਰ ਤੇ ਮਰਦਾਸ ਰਾਮ ਦਾਸੇ ਹੁਣ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਅਜ ਮਿੱਠੇ ਸਬਦ ਜਾਏ, ਤੇ ਇੱਕ ਬਹਾਦਰ ਸੁਰੀਆ ਘਰ ਨਾਉ ਆਉਂਦੇ ਜਾਵੇ ਤਾਂ ਸਭ ਥਾਈ ਹੋਏ ਸਹਾਏ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰਾਤ ਦਾ ਧਿਆਨ ਕਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੀ, ਤਾਣਿਆਂ ਦੇ ਤਾਣ ਨੀ, ਓਟਿਆਂ ਦੇ ਓਟ ਨੇ, ਆਸਰਿਆਂ ਦੇ ਆਸਰੇ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਪਾਸ ਬੇਨਤੀ ਜੋਦੜੀ ਅਰਦਾਸ ਹੈ ਗਰੀਬ ਨਿਵਾਸ ਵਾਹਿਗੁਰੂ। ਆਪ ਗਾਣਾ ਹੋਸਪਿਟਲ ਦੇ ਸਾਰੇ ਸਮੂਹ ਸਟਾਫ ਵੱਲੋਂ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਪਾਸ ਬੇਨਤੀ ਜੋਦੜੀ ਅਰਦਾਸ ਕੀਤੀ ਜਾਂਦੀ ਹੈ ਸੱਚੇ ਪਾਤਸ਼ਾਹ ਜੀ। ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ ਸੱਚੇ ਪਾਤਸ਼ਾਹ ਜੀ, ਸਰਬੱਤ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ। ਉਹ ਰਾਣਾ ਹੋਸਪਿਟਲ ਦੇ ਸਾਰੇ ਸਟਾਫ ਮੈਂਬਰਾਂ ਤੇ ਵੀ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ। ਘਰ ਪਰਿਵਾਰ ਮਿਹਰ ਭਰਿਆ ਹੱਥ ਰੱਖਣਾ, ਸਿਹਤ ਤੰਦਰੁਸਤੀ ਬਖਸ਼ਣੀ ਸੱਚੇ ਪਾਤਸ਼ਾਹ ਜੀ। ਉਹ ਅੱਜ ਦੇ ਸਮੇਂ ਦੇ ਵਿੱਚ ਭਿਆਨਕ ਬਿਮਾਰੀ ਜੋ ਕੋਰੋਨਾ ਦੀ ਬਿਮਾਰੀ ਚੱਲਦੀ ਹੈ, ਉਹਨੂੰ ਸਮੂਹ ਮੁੱਖ ਰੱਖ ਕੇ ਆਪ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲਿਆ ਗਿਆ ਹੈ ਸੱਚੇ ਪਾਤਸ਼ਾਹ ਜੀ। ਆਪ ਜੀ ਮਿਹਰ ਕਰਨੇ, ਦੇਹ ਤੰਦਰੁਸਤੀਆਂ ਬਖਸ਼ਣੀਆਂ, ਸਰਬੱਤ ਤੇ ਕਾਰਜ ਰਾਸ ਕਰਨੇ, ਹਰ ਮਦਾਂ ਦੇ ਫਤਿਹ ਬਖਸ਼ਣੀ, ਜੋ ਜੀ ਆਪ ਜੀ ਦੇ ਦਰ ਤੇ ਆਵੇ, ਰਾਜੀ ਤੇ ਪ੍ਰਸੰਨ ਜਾਵੇ, ਸੁੱਖ ਹੋਵੇ, ਨਾਮ ਚਿਤਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ